ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬੀਤੇ ਦਿਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕਾਂਗਰਸ ਵੱਲੋਂ ਜਨ ਆਕਰੋਸ਼ ਰੈਲੀ ਬਾਰੇ ਬੋਲਦਿਆਂ ਕਿਹਾ ਕਿ ਮੋਦੀ ਨੇ ਝੂਠ ਬੋਲ ਕੇ ਸਰਕਾਰ ਬਣਾਈ ਹੈ ਅਤੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਦੇਸ਼ ਦੀ ਹਾਲਤ ਬਹੁਤ ਹੀ ਮਾੜੇ ਹੋ ਗਏ ਹਨ। ਆਕਰੋਸ਼ ਰੈਲੀ ਲੋਕਾਂ ਦਾ ਗੁੱਸਾ ਹੈ ਮੋਦੀ ਸਰਕਾਰ ਤੇ, ਜਿੰਨਾ ਝੂਠ ਬੋਲ ਕੇ ਗੱਪਾਂ ਮਾਰ ਕੇ ਸ਼ੇਰੋ ਸ਼ੇਰੀ ਕਰਕੇ ਮੋਦੀ ਨੇ ਲੋਕਾਂ ਨੂੰ ਵਰਗ ਲਾ ਕੇ ਚਾਹ ਵਾਲਾ ਵੇਚਣੇ ਕੇ ਲਈ ਕਹਿ ਕੇ ਗਰੀਬ ਬਣ ਕੇ ਬੱਚਿਆਂ ਨੂੰ ਲਾਰੇ ਲਾ ਕੇ ਸਰਕਾਰ ਬਣਾਈ ਹੈ, ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਲੱਖਾਂ ਦੀ ਤਾਦਾਦ 'ਚ ਲੋਕ ਬਾਹਰ ਸੀ, ਜਗ੍ਹਾ ਨਹੀਂ ਸੀ ਕਿਸੇ ਕੋਲ ਬੈਠਣ 'ਚ, ਇੰਨੇ ਰੋਚ ਸੀ ਰਾਹੁਲ ਗਾਂਧੀ ਦਾ ਹੌਸਲਾ ਵਧਾਉਣ ਵਾਸਤੇ। ਕਾਂਗਰਸ ਪਾਰਟੀ ਨੇ ਜਿਹਨੇ ਹਮੇਸ਼ਾ ਦੇਸ਼ ਨੂੰ ਤਰੱਕੀ ਦੇ ਲੀਹਾਂ 'ਤੇ ਲਿਆਂਦਾ, ਉਸ ਪਾਰਟੀ ਨੂੰ ਲਿਆਉਣ ਲਈ ਲੋਕਾਂ ਨੇ ਅੱਡੀਆਂ ਚੱਕ ਕੇ ਜ਼ੋਰ ਲਾਇਆ ਜਾਣ ਵਾਸਤੇ ਉੱਥੇ ਲੋਕ ਆਪਣੀਆਂ ਆਪਣੀਆਂ ਮੋਟਰ ਕਾਰਾਂ 'ਤੇ ਜਾ ਕੇ ਰਾਹੁਲ ਗਾਂਧੀ ਨੂੰ ਥਾਪੜਾ ਦੇਣ ਗਏ ਨੇ। ਕਾਂਗਰਸ ਪਾਰਟੀ ਆਏਗੀ। ਨਾਭਾ ਤੋਂ ਬ੍ਰਿਜ ਖਾਨ ਦੀ ਰਿਪੋਰਟ, ਚੈਨਲ 2।